ਸਾਡੇ ਸਾਰੇ ਪ੍ਰੋਗਰਾਮ ਦੇ ਕੋਆਰਡੀਨੇਟਰ ਸਾਡੇ 2019 ਦੇ ਸਾਹਿਤ ਅਕੈਡਮੀ ਅਵਾਰਡੀ ਖਜ਼ਾਕ ਸਾਹਿਬ 18 ਵਾਲੇ ਅਵਾਰਡੀ ਨਛੱਤਰ ਜੀ ਦੋ ਸਾਲਾਂ ਤੋਂ ਅਵਾਰਡੀ ਅਸੀਂ ਰੱਖੀ ਬੈਠੇ ਹਾਂ ਉਸ ਵੀ ਵਾਲੇ ਇੱਥੇ ਤੁਰਦਾ ਫਿਰਦਾ ਹੋਵੇ ਕਿ ਉਹ ਤੁਹਾਨੂੰ ਬਾਅਦ 'ਚ ਪਤਾ ਲੱਗਣਾ ਵੀ ਆਹ ਕੀ ਹੋ ਗਿਆ ਇਹ ਬੰਬ ਵੀ ਚੱਲ ਗਿਆ ਸੋ ਇਹ ਪੰਜਾਬ ਸਾਹਿਤ ਅਕੈਡਮੀ ਪੰਜਾਬ ਦੀ ਹੈ ਪਰ ਰਾਸ਼ਟਰੀ ਅਕੈਡਮੀ ਤੱਕ ਵਾਲੇ ਸਾਰੇ ਬੰਦੇ ਇੱਥੇ ਅਤੇ ਮੈਂ ਉਧਰੋਂ ਤਾਂ ਸ਼ੁਰੂ ਕੀਤਾ ਕਿ ਮੈਂ ਉਧਰੋਂ ਇੱਧਰ ਵੱਲ ਆਉਂਗਾ ਜਗੀਰ ਸਿੰਘ ਕਾਹਲੋਂ ਜੀ ਮੈਨੂੰ ਕਮਲ ਜੀ ਢਿੱਲੋਂ ਜੀ ਮੈਂ ਗੁਸਤਾਖੀ ਮਾਫ ਕਰਦਾ ਨਾ ਭੁੱਲ ਜਾਣਾ ਤੇ ਇਹਨਾਂ ਨੂੰ ਪਛਾਣਦਾ ਜੀ ਅੱਛਾ ਸੁਮੀ ਸਰ ਮੁਬਾਰਕਾਂ ਜੀ ਤੁਹਾਨੂੰ ਵੀ ਸਵਾਗਤ ਸਾਡੇ ਵੱਲ ਪਿਆਰੇ ਵਿਦਿਆਰਥੀਓ ਸੈਸ਼ਨ ਇਜ਼ ਗੋਇੰਗ ਟੂ ਵੈਰੀ ਇੰਟਰਸਟਿੰਗ ਜਿਵੇਂ ਕੱਲ੍ਹ ਥੀਏਟਰ ਵਾਲਾ ਇੰਟਰਸਟਿੰਗ ਸੀ ਜਿੰਜ ਬੱਚਕਾਂ ਨੇ ਸਵਾਲ ਪੁੱਛਿਆ ਨਿਤੀ ਨੇ ਪੁੱਛਿਆ ਰੂਪਲ ਨੇ ਪੁੱਛਿਆ ਅਤੇ ਚੌਥੀ ਕੁੜੀ ਕਿੱਥੇ ਗਈ ਲੁਕੀ ਹੋਈ ਆਰੁਸ਼ੀ ਨੇ ਵੀ ਪੁੱਛਿਆ ਸੋ ਅੱਜ ਹੋਰ ਬਹੁਤ ਸਾਰੇ ਅੱਜ ਰਿਪਲ ਪੁੱਛੇਗੀ ਸਿੰਪਲ ਪੁੱਛੇਗੀ ਟੀਨੀ ਪੁੱਛੇਗੀ ਸਾਰੇ ਸਵਾਲ ਪੁੱਛਣਗੇ ਅੱਜ ਅੱਜ ਕੋਈ ਰਹਿ ਨਾ ਜਾਏ ਬੇਟਾ ਇਹ ਬੇਟਾ ਜੋ ਪ੍ਰੋਗਰਾਮ ਹੈ ਇੰਟਰੋਡਕਸ਼ਨ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣ ਲੱਗਿਆ ਇਟਸ ਹਾਊ ਇਟਸ ਗੋਇੰਗ ਟੂ ਵੈਰੀ ਇੰਟਰਸਟਿੰਗ ਜਿਹੜੇ ਸਾਡੀ ਪ੍ਰਧਾਨਗੀ ਕਰ ਰਹੇ ਨੇ ਫੂਲਚੰਦ ਮਾਨਵ ਇਹ ਸਾਡੇ ਪੰਜਾਬੀ ਦੇ ਸਭ ਤੋਂ ਸੀਨੀਅਰ ਟਰਾਂਸਲੇਟਰ ਜਿਸ ਵੇਲੇ ਮੈਥੋਂ ਉਮਰ 10 ਸਾਲ ਵੱਡੇ ਨੇ ਤੁਸੀਂ ਮੇਰੀ ਸ਼ਕਲ ਦੇਖ ਲਓ ਅੰਦਾਜ਼ਾ ਲਾ ਲਓ ਵੀ 10 ਸਾਲ ਵੱਡੇ ਹੋ ਕੇ ਕਿੰਨੇ ਐਕਟਿਵ ਅਤੇ ਯੰਗ ਨੇ ਇਹਨਾਂ ਨੇ ਉਦੋਂ ਟਰਾਂਸਲੇਸ਼ਨ ਸ਼ੁਰੂ ਕੀਤੀ ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀ 65-66 ਤੋਂ ਇਹਨਾਂ ਦਾ 1945 ਦਾ ਬਰਥ ਹੈ ਔਰ ਉਸ ਤੋਂ ਵੀ ਪਹਿਲਾਂ 14-15 ਸਾਲ ਤੋਂ ਸ਼ੁਰੂ ਕੀਤਾ ਔਰ ਇਹ ਪਹਿਲੇ ਅਨੁਵਾਦਕ ਨੇ ਅੱਜ ਜਿੰਨੇ ਮਰਜ਼ੀ ਬੰਦੇ ਮੇਰੇ ਵਰਗੇ ਅਨੁਵਾਦਕ ਡੀਂਗਾ ਮਾਰਨ ਕਿ ਸਾਨੂੰ ਬੜੇ ਅਵਾਰਡ ਮਿਲ ਗਏ ਜਿਨ੍ਹਾਂ ਨੇ ਪਹਿਲੀ ਵਾਰ ਪਾਸ਼ ਨੂੰ ਪਾਤਰ ਨੂੰ ਇਹੋ ਜਿਹੇ ਲੇਖਕਾਂ ਨੂੰ ਅਮਿਤੋਜ ਨੂੰ ਹਿੰਦੀ 'ਚ ਪਹੁੰਚਾਇਆ ਉਸ ਵੇਲੇ ਧਰਮਯੁਗ ਮੈਗਜ਼ੀਨ ਸਭ ਤੋਂ ਵੱਡਾ ਮੈਗਜ਼ੀਨ ਸੀਗਾ ਅਤੇ ਇੱਕ ਵਾਰ ਉਸਦੇ ਐਡੀਟਰ ਧਰਮਵੀਰ ਭਾਰਤੀ ਉਹਨਾਂ ਨੇ ਇਹਨੂੰ ਕਿਹਾ ਕਿ ਤੂੰ ਕਵਿਤਾ ਭੇਜਣੀ ਸੀ ਭੇਜੀ ਨਹੀਂ ਅਤੇ ਉਹ ਜਿਵੇਂ ਹੁਣ ਸਾਡੇ ਵਟਸਐਪ ਜਾਂ ਮੇਲ ਜਾਂਦੀ ਹੈ ਉਦੋਂ ਇੱਕ ਟੈਲੀਗ੍ਰਾਮ ਜਾਂਦੀ ਹੁੰਦੀ ਸੀ ਕੈਨ ਯੂ ਇਮੈਜਿਨ ਕਿ ਇਹਨਾਂ ਨੇ ਟੈਲੀਗ੍ਰਾਮ ਦੇ ਉੱਤੇ ਪੋਇਮ ਭੇਜੀ ਤਾਂ ਕਿ ਉਸ ਵੀਕ ਦੇ ਵਿੱਚ ਛਪ ਜਾਏ ਔਰ ਜੇ ਅਨੁਵਾਦ ਦੇ 10 ਰੁਪਏ ਮਿਲਣੇ ਸੀ ਟੈਲੀਗ੍ਰਾਮ ਦੇ ਉਦੋਂ 100 ਰੁਪਏ ਲੱਗੇ ਸੀ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਇਸ ਸਿਸਟਮ 'ਚ ਸੋ ਇਹਨਾਂ ਨੇ ਕੰਮ ਕੀਤਾ ਔਰ ਇੱਕ ਹੋਰ ਬਹੁਤ ਵੱਡਾ ਕੰਮ ਕਿ ਹਿੰਦੀ ਦੇ ਵੱਡੇ ਪਬਲਿਸ਼ਰ ਨੂੰ ਮਨਾਇਆ ਕਿ ਪੰਜਾਬੀ ਛਾਪੋ ਇੱਕ ਸਾਡੇ ਰਾਈਟਰ ਨੇ ਜਗਜੀਤ ਬਰਾੜ ਅਮਰੀਕਾ 'ਚ ਰਹਿੰਦੇ ਨੇ ਉਹਨਾਂ ਨੇ ਇੱਕੋ ਹੀ ਨਾਵਲ ਲਿਖਿਆ ਧੁੱਪ ਦਰਿਆ ਦੀ ਦੋਸਤੀ ਉਹ ਨਾਵਲ ਅੱਜ ਤੋਂ 45 ਸਾਲ ਪਹਿਲਾਂ ਹਿੰਦੀ ਦੇ ਸਭ ਤੋਂ ਵੱਡੇ ਪਬਲਿਸ਼ਿੰਗ ਹਾਊਸ ਗਿਆਨਪੀਠ ਤੋਂ ਛਪ ਚੁੱਕਾ ਇਹਨਾਂ ਦਾ ਅਨੁਵਾਦ ਕੀਤਾ ਹੋਇਆ ਧੂਪ ਔਰ ਦਰਿਆ ਅੱਜ ਉਹ ਗਿਆਨਪੀਠ ਦਾ ਜਿਹੜਾ ਅਨੁਵਾਦ ਔਰ ਉਸ ਦੇ ਨਾਲ ਹੰਸ ਮੈਗਜ਼ੀਨ ਦੇ ਐਡੀਟਰ ਉਹਨਾਂ ਨੇ ਆਉਣਾ ਸੀ ਬਾਈ ਕੰਸ ਆ ਨਹੀਂ ਸਕੇ ਬਲਵੰਤ ਕੌਰ ਹੰਸ ਮੈਗਜ਼ੀਨ ਜੋ ਮੁਨਸ਼ੀ ਪ੍ਰੇਮਚੰਦ ਨੇ ਸ਼ੁਰੂ ਕੀਤਾ ਉਹਦਾ ਐਡੀਟਰ ਵੀ ਪੰਜਾਬਣ ਕੁੜੀ ਹੈ ਜੋ ਸਾਡੇ ਚੀਫ ਗੈਸਟ ਨੇ ਮਾਨਵ ਜੀ ਪੰਜਾਬੀ ਦੇ ਬਹੁਤ ਅੱਛੇ ਕਵੀ ਕਹਾਣੀਕਾਰ ਬਹੁਤ ਵੱਡੇ ਅਨੁਵਾਦਕ ਸਾਹਿਤ ਅਕੈਡਮੀ ਦੇ ਟਰਾਂਸਲੇਟਰ ਅਵਾਰਡੀ ਬਾਕੀ ਜਿੰਨੇ ਸਾਡੇ ਕੋਲ ਲੇਖਕ ਬੈਠੇ ਨੇ ਉਹ ਨੇ ਜਿਹੜੇ ਪੰਜਾਬੀ ਨੇ ਮਾਂ ਬੋਲੀ ਪੰਜਾਬੀ ਹੈ ਪਰ ਜਿਵੇਂ ਅਸੀਂ ਠੇਕੇ 'ਤੇ ਲੈ ਕੇ ਜ਼ਮੀਨ ਵਾਹੁੰਦੇ ਹਾਂ ਕੋਈ ਬੰਗਾਲੀ ਵਾਹ ਰਿਹਾ ਕੋਈ ਉਰਦੂ ਵਾਹ ਰਿਹਾ ਕੋਈ ਅੰਗਰੇਜ਼ੀ ਵਾਹ ਰਿਹਾ ਅਸੀਂ ਉਹਨਾਂ ਜ਼ਮੀਨਾਂ 'ਤੇ ਕਬਜ਼ਾ ਕੀਤਾ ਹੋਇਆ ਔਰ ਆਪਣੀ ਥਾਂ ਬਣਾਈ ਹੋਈ ਹੈ ਹੁਣ ਮੈਂ ਉਧਰੋਂ ਸ਼ੁਰੂ ਕਰ ਰਿਹਾ ਅਸ਼ੋਕ ਨਾਦਿਰ ਸਾਹਿਬ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਅਸ਼ੋਕ ਨਾਦਿਰ ਸਾਹਿਬ ਉਹਨਾਂ ਦੇ ਨਾਲ ਮੈਡਮ ਦਵਿੰਦਰ ਕੌਰ ਜਿਹੜੇ ਬੰਗਾਲੀ 'ਚ ਕਵਿਤਾ ਲਿਖਦੇ ਨੇ ਉਰਦੂ 'ਚ ਲਿਖਦੇ ਨੇ ਬੰਗਾਲੀ 'ਚ ਉਹਦੇ ਨਾਲ ਜਸਪ੍ਰੀਤ ਮੰਡੇਰ ਜਿਹੜੇ ਇੰਗਲਿਸ਼ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਪ੍ਰੋਫੈਸਰ ਨੇ ਇੰਗਲਿਸ਼ ਦੇ ਵਿੱਚ ਪੋਇਮ ਲਿਖਦੇ ਨੇ ਔਰ ਇਹਨਾਂ ਨੇ ਜਪਾਨੀ ਕਾਵਿ ਰੂਪ ਜਿਹੜਾ ਹੈ ਹਾਈਕੂ ਤੇ ਟਾਂਕਾ ਉਹਦੇ ਤੇ ਅੰਗਰੇਜ਼ੀ 'ਚ ਕਵਿਤਾ ਲਿਖਿਆ ਨਾਲ ਸੁਭਾਸ਼ ਨੀਰਵ ਜੀ ਜਿਹੜੇ ਕਿ ਫੂਲਚੰਦ ਮਾਨਵ ਤੋਂ ਅਗਲੀ ਪੀੜ੍ਹੀ ਦੇ ਨੇ ਲੇਕਿਨ ਇਹਨਾਂ ਨੇ ਪੰਜਾਬੀ ਕਹਾਣੀ ਨੂੰ ਪੰਜਾਬੀ ਸਾਹਿਤ ਨੂੰ ਹਿੰਦੀ 'ਚ ਬਹੁਤ ਟਰਾਂਸਲੇਟ ਕੀਤਾ ਉਹਨਾਂ ਦੇ ਨਾਲ ਦੇ ਬਖਸ਼ੀਸ਼ ਸਿੰਘ ਜਿਹੜੇ ਪੰਜਾਬੀ ਨੇ ਲੇਕਿਨ ਰਾਜਸਥਾਨੀ ਭਾਸ਼ਾ ਦੇ ਵਿੱਚ ਲਿਖਿਆ ਹੁਣ ਮੈਂ ਇਹ ਚਾਹੂੰਗਾ ਕਿ ਆਪਾਂ ਇਹੋ ਜਿਹੀ ਚੀਜ਼ ਤੋਂ ਸ਼ੁਰੂ ਕਰੀਏ ਜਿਹੜੀ ਇੰਟਰਸਟਿੰਗ ਹੋਵੇ ਤੇ ਸਭ ਤੋਂ ਇੰਟਰਸਟਿੰਗ ਹੁੰਦੀ ਹੈ ਸ਼ਾਇਰੀ ਤੇ ਪੰਜਾਬੀ ਬੰਦਾ ਜਦੋਂ ਉਰਦੂ 'ਚ ਲਿਖਦਾ ਕਿਹੋ ਜਿਹੀ ਸ਼ਾਇਰੀ ਕਰਦਾ ਅਸ਼ੋਕ ਨਾਦਰ ਜੀ ਤੁਹਾਡੇ ਬਾਰੇ ਮੈਂ ਡਿਟੇਲ ਤਾਂ ਹੀ ਦੱਸਿਆ ਸਾਰਿਆਂ ਬਾਰੇ ਕਿ ਤੁਹਾਨੂੰ ਸਿਰਫ ਇਹ ਦੱਸਣਾ ਪਵੇ ਤੁਸੀਂ ਕੀ ਲਿਖਦੇ ਹੋ ਕੀ ਗੱਲ ਕਰਦੇ ਹੋ ਆਪਣੇ ਚੰਦ ਅਸ਼ਾਰ ਸੁਣਾਓ ਇੱਕ ਦੋ ਮਿੰਟ ਆਪਣੀ ਗੱਲ ਕਰੋ ਪਹਿਲਾਂ ਦੋ ਦੋ ਚਾਰ ਚਾਰ ਮਿੰਟ ਸਾਰੇ ਬੋਲਣਗੇ ਫਿਰ ਤੁਹਾਡੇ ਸਵਾਲ ਹੋਣਗੇ ਤੇ 4:15 ਤੇ ਫੰਕਸ਼ਨ ਖਤਮ ਹੋਏਗਾ ਆਓ ਜੀ ਅਸ਼ਕੋਂ ਕਾ ਨਿਸ਼ਾਨ ਦੇਖਾ ਰਹੇ ਵਾਹ ਖਤ ਪੇ ਅਸ਼ਕੋਂ ਕਾ ਨਿਸ਼ਾਨ ਦੇਖਾ ਹੈ ਇੱਕ ਇੱਕ ਲਫ਼ਜ਼ ਪਰ ਨਿਸ਼ਾਨ ਦੇਖਾ ਹੈ ਅਸ਼ਕੋਂ ਕਾ ਨਿਸ਼ਾਨ ਦੇਖਾ ਹੈ ਇੱਕ ਇੱਕ ਲਫ਼ਜ਼ ਪਰ ਨਿਸ਼ਾਨ ਦੇਖਾ ਹੈ ਤੁਮਕੋ ਦੇਖਾ ਨਹੀਂ ਮਹੀਨੋਂ ਸੇ ਤੁਮਕੋ ਦੇਖਾ ਨਹੀਂ ਮਹੀਨੋਂ ਸੇ ਖਤ ਮੇ ਤੜਫਤਾ ਹੁਆ ਅਰਮਾ ਦੇਖਾ ਹੈ ਬਹੁਤ ਅੱਛਾ ਜ਼ਿੰਦਗੀ ਹੈ ਅਨਮੋਲ ਆਪਣੇ ਨੌਰਦਰਨ
ਬੈਲਟ ਦੇ ਵਿੱਚ ਨਸ਼ਾ ਉੱਥੇ ਤੱਕ ਪਹੁੰਚ ਚੁੱਕਿਆ ਹੈ ਕਿ ਇਹਨੂੰ ਵਾਪਸ ਲਿਆਉਣਾ ਬਹੁਤ ਬੜਾ ਕੰਮ ਹੋ ਚੁੱਕਿਆ ਹੈ ਔਰ ਕੋਈ ਉਸ ਕੰਮ ਨੂੰ ਹੱਥ ਨਹੀਂ ਪਾ ਰਿਹਾ ਜੀ ਸਰ ਜੀ ਸਰ ਡਰ ਰਹੇ ਹੈ ਲੋਕ ਅਤੇ ਉਸ ਟਾਈਮ ਉਹਦੇ ਉੱਪਰ ਕਿਤਾਬ ਛਾਪੀ ਸੀ ਮੈਂ ਔਰ ਇੰਨੀਆਂ ਕਾਪੀਆਂ ਬਣਵਾਈਆਂ ਸੀ ਕਿ ਹਰ ਇੱਕ ਸਕੂਲ 'ਚ ਪਹੁੰਚੇ ਹਰ ਇੱਕ ਬੱਚੇ ਦੇ ਹੱਥ 'ਚ ਪਹੁੰਚੇ ਉਹਦੇ ਵਿੱਚੋਂ ਮੈਂ ਇੱਕ ਨਸ਼ਾ ਜੀ ਸਰ ਜੀ ਮਿੰਨਤੋਂ ਮੁਰਾਦੋਂ ਸੇ ਜਿਸ ਕੋ ਪਾਲਾ ਥਾ ਮਿੰਨਤੋਂ ਮੁਰਾਦੋਂ ਸੇ ਜਿਸ ਕੋ ਪਾਲਾ ਥਾ ਆਜ ਯੂੰ ਉਸਨੇ ਆਫਤ ਮੇ ਡਾਲਾ ਥਾ ਆਜ ਯੂੰ ਉਸਨੇ ਆਫਤ ਮੇ ਡਾਲਾ ਥਾ ਅਬ ਕਹੀਂ ਜਾ ਕੇ ਜਵਾਂ ਹੋਏ ਥੇ ਤੁਮ ਅਬ ਕਹੀਂ ਜਾ ਕੇ ਜਵਾਂ ਹੋਏ ਥੇ ਤੁਮ ਸਾਰੇ ਘਰ ਕੀ ਸ਼ਾਮ ਹੋਏ ਥੇ ਤੁਮ तुम तो वर्षों के बीमार रखते हो तुम तो वर्षों के बीमार रखते हो देखो हाल के साथ रखते हो बहुत अच्छा देखो हाल के साथ रखते हो शराब से जिस्म बर्बाद करते हो मिट्टी बात भी खराब करते हो बहुत अच्छा बाप दरगाह को जाके बैठा है माथा कभी खुद को घर में सब रंग गम में रोते हैं रो रो के यूं ही जान खोते हैं जर्द चेहरा लिए यूं फिरते हो सोते हो खाते हो ना पीते हो कैसा ये हाल कर लिया बच्चे रातों को उठ के रोते हो शर्म के मारे मुंह क्यों ठामते हो क्यों तुम बुरी तरह से खांसते हो दूर पहुंची है तुम्हारी रसवाई सभी कहते हैं तुमको सौदाई अब कोई मुझको ना दलील करो और दुनिया में ना दलील करो मेरे जनाजे को हाथ ना लगाना तुम अपने पंजाब के दुनिया कहने ज्यादा मेरे जनाजे को हाथ ना लगाना तुम देखो फिर किस अश्क ना बहाना तुम बहुत अच्छी दिल को नशेलियों में बहलाना फिर मेरी कब्र पर चले आना कहां जाऊं किसको बतलाऊं किसके दर पे जाके चिल्लाऊं झूठ बोलने को हो गए मजबूर कमाले अक्ल से हो गए तुम दूर अब गफलत नहीं मुझे गफलत नहीं मुझे मंजूर और तबाही नहीं मुझे मंजूर कैसे हो तुम ये की कोई चारा रहबरो कुछ तो करो फरमाओ इस नशे को यहाँ से ले बहुत अच्छा बहुत अच्छा उन्होंने अपनी उर्दू शायरी राही अपना दौर भी दसिया साडा अज दे सैशन दा टॉपिक है कि पंजाबी संवेदना ते भारतीय भाषा जो पंजाबी सेंसिबिलिटी है वो भारतीय भाषाओं में किमें पेश होंगी है ना तो सब देखियो बलवंत जी तुसी हुण सॉरी मनविंदर जी माइक अपने फोन करो हुण बेटा मैं तुहानू ना बंगाली ना गलबात कराना तुहानू समझ भी आएगी ठीक है दविंदर जी पहले दसो कि तुसी किन्ने साल तो बंगाल दे विच रह रहे थोड़ा परिवार 100 साल जोर नाल ताड़ियां बेटा ये बंगाल दी जमीन वाली कुड़ी है हुण मैं अगला सवाल पुछण लग्या थोड़ा ब्याह तां पंजाब च होया होणा कोई बंगाल च होया ਵਿਆਹ ਪੰਜਾਬ ਚ ਹੋਇਆ ਪਰ ਪਰਿਵਾਰ ਸਾਰਾ ਪਰਿਵਾਰ ਵੀ ਕਦੇ ਤੇ ਹੀ ਵਸਦਾ ਉਹ ਕਿੰਨੇ ਸਾਲਾਂ ਤੋਂ ਬੰਗਾਲ ਉਹ 80 ਸਾਲਾਂ ਤੋਂ ਜ਼ਿਆਦਾ ਮੈਂ ਤੁਸੀਂ 20 ਸਾਲ ਸੀਨੀਅਰ ਹੋ ਤਾਂ ਕੁੜੀ 20 ਸਾਲ ਸੀਨੀਅਰ ਹੋ ਅੱਛਾ ਹੁਣ ਤੁਸੀਂ ਬੇਟਾ ਬੰਗਾਲੀ ਲਿਟਰੇਚਰ ਬਹੁਤ ਰਿਚ ਲਿਟਰੇਚਰ ਹੈ ਗੁਰੂਦੇਵ ਟੈਗੋਰ ਨੇ ਨੋਬਲ ਪ੍ਰਾਈਜ਼ ਲਿਆ ਇੱਕੋ ਇੱਕ ਨੋਬਲ ਲੋਰੀਏਟ ਨੇ ਉਹਨਾਂ ਦੇ ਸ਼ਾਂਤੀ ਨਿਕੇਤਨ ਬਣਾਇਆ ਉਹਨੇ ਸ਼ਾਂਤੀ ਨਿਕੇਤਨ ਦਾ ਗੀਤ ਆਪਣੀ ਕਦੀ ਲਾਈਨ ਹੁੰਦੀ ਆਉਂਦਾ ਤੂੰ ਵੀ ਜਾਨ ਆਇਸ਼ੇ ਕੌਣ ਸ਼ਪਾਲੋ ਤੂੰ ਵੀ ਤਾਂ ਜਾਣੇ ਨਾ ਤੇ ਹੁਣ ਮੈਂ ਤੁਹਾਨੂੰ ਇੱਕ ਬੰਗਾਲੀ ਪੁੱਛਣ ਲੱਗਿਆ ਸਰ ਤੂੰ ਵੀ ਕਮੇਨ बंगाली कविता लिखती है सो मैं कहूंगा पहला अपनी कविता बंगाली सुनाओ फिर सानू पंजाबी सुनाओ समझो साडा काम हो गया हां जी प्लीज शुक्रिया मैं बंगाली च थोड़ी सुनावांगी क्योंकि समय की घाट है पर क्योंकि मैं अपनी गल थोड़े तक सारे तक पहुंचाना चाहनी है तो मैं पंजाबी विच नूं कंप्लीट आमी शुद्ध है आमी शुद्ध हमारे अस्तित्व प्रवाहित हो हमारे अस्तित्व
तो प्रवाहित आदि जुगादि रूपे स्वरूपे अनुपम अनुपे आश्चर्य अरूपे असीम अजय अपार अभय गौरी लंकेश की जिस दिन होती है वारदात उस दिन इन्हें मेरे सवाल पैदा किए कि सच क्यों लड़िया तू आचार्य कुदरत तेरी सच हाँ हाँ मैं सच हाँ गुजर रहा हाँ आग जुगाद रूप स्वरूपे अनुपम अनुपे आचार्य गुजर रहा हाँ ऋषिया मुनिया पीरा दे चिंतन दी उत्तर में मानसा विच वेदा कतेबा अंजीला विच सत संतोख शी संजम विच दया खिमा प्रेम ममता विच फरीद दे पिर देखन दी आस विच कबीर दे ताने बाणे विच सास विरास कबीर रविदास दियां गंडा विच आनंद 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 हां मैं सच गुजर गया मैं मीरा सुखरात विच पी जहर दा प्याला अनहद हक दा नाद हो मंसूर विच सलीब टो अपनी हो ईसा मैं सूली दे सीस दिया ना दिया सिरण तेग बहादुर हो चांदनी चौक विच चम्या सी हां चम्या सी फांसी दा फंदा मैं ही हां मैं ही भगत राजगुरु सुखदेव हो के इसे गए पिंजर मेरे कोलू विच आसुण गाथा मेरी सिलवर जेल दिया दीवारां तो करना हां खिलवाड़ मौत नाल हां मैं सच बदलेगी न तकदीर तेरी बदलेगी न तकदीर तेरी तकरीरा तदबीरा नाल मंगदा हां खून मैं बलिदान वंगारिया सी तैनू आनंदपुर विच हो जावण नू निहंग हो जावण नू खालिस लिशकी सी शमशीर मेरे ही हाथ चूंकार हमा हिल दे दर गुजश्त हलाल अस्त बरदम बा शमशीर दस्त देवांगा आजादी की तासी वादा मैं ही हाँ मैं ही सुभाष हो के तू दस तू कौन है तू दस तू कौन है सुन ये पोर्शन मैं थोड़ा जहाँ कहना चाहती हूँ क्योंकि ये पुराने कथावां का जो तत्व सार मैनू समझ आया मैं सुन कल की अवतार है तू ही चुक कमान हिम्मत दी अपंग नहीं अर्जुन है तू खड़ग ज्ञान दी थिर कर चेतन विच के युधिष्ठिर है तू ही गदा संकल्प दी चुक भीम है तू ही नियम है प्रकृति दा नफुल है तू ही सत वस्या तेरी रूह विच सहदेव है तू ही सहदेव है तू ही हाँ मैं सच हाँ मैं ही सतरूपे ब्रह्मचारिणी महिषासुर मर्दिनी रणचंडी रक्त बीज नाश करता काली मैं ही देवी महात्मय भगवती रूपे शिवो हम शिवो हम शिवो हाँ मैं सच कल भी मैं गुजर गया सी कल भी मैं गुजर गया सी जसवंत खालड़ा दे सिंगनार विच अज मैं बीत गया गौरी लोकेश होके शमशीर कला दी लहरा तू फिजामा विच ना बैठ यो चुप ना बैठ यो चुप जय सारा कुछ गया जहां गुरुदेव टैगोर की बंदी वीर बंदा बहादुर गया सी,
ਸਾਡਾ ਟੌਪਿਕ ਹੈ ਪੰਜਾਬੀ ਸੰਵੇਦਨਾ ਦੇ ਭਾਰਤੀ ਭਾਸ਼ਾ। ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਬਖਸ਼ੀਸ਼ ਜੀ ਨੂੰ, ਸਰ ਸਾਨੂੰ ਰਾਜਸਥਾਨੀ ਦੇ ਵਿੱਚ ਦੋ ਚਾਰ ਗੱਲਾਂ ਸੁਣਾਓ, ਅਸੀਂ ਉਹ ਲੈਂਗੁਏਜ ਦਾ ਸਵਾਦ ਲੈਣੀ, ਬਟ ਰਾਜਸਥਾਨ ਨੂੰ ਵੈਸੇ ਸਮਝ ਆ ਜਾਏਗੀ ਕਾਫੀ ਹਿੰਦੀ ਦੇ ਨੇੜੇ, ਪੰਜਾਬੀ ਨਾਲ ਨੇੜੇ। ਹਾਂਜੀ, ਅਨੁਵਾਦ ਦੀ ਲੋੜ ਨਹੀਂ ਪੈਣੀ। ਬਖਸ਼ੀਸ਼ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਦੇ ਵਿੱਚ ਟੀਕਾ ਕੀਤਾ, ਅੱਜ ਕੱਲ੍ਹ ਇਹ ਰਾਜਸਥਾਨੀ ਵਿੱਚ ਟੀਕਾ ਕਰ। सारे भाषा मातरी आई वंश वंशुभत लेखन आपरी राणी लिखती है। मारिया ने जीवन मिले लेखन अमृत लाल, राणी लिखनी दे रही ओ प्रमाण इस बात के राणी चूड़ा बता मैंने लिखा है। मैं एक गल कहना चाहना जी, मैं राजस्थान च अक्सर कहना मां बोली का एक कथा है, कोयल कभी अपना आलना नहीं बनाती, कां के आलने च अपने अंडे रखती है, लेकिन उन्होंने पता हों कोई उन्होंने सहती है, उन्होंने पता हों कि अंडे हम अंडिया तो बच्चे आ जाने हैं, तो वो सालने के आले दुआले घूमती है और अपनी आवाज में अपने बच्चों को बुलाती है और फिर बच्चे ओदे नाल ओदी आवाज मिला के उड़ जाते हैं। इनू कहने दे पंजाबी पांच दरियावां दी, हिंदू मुस्लिम सिख ईसाई सारे भैन भरा, पंजाबी का जो इन्होंने कॉन्फ्रेंस की है वाकई जी कमाल दी है। मैं एक राजस्थानी की कंपेयर करके छोटी जी गल दसंगा, राजस्थानी जी मैं अनुवाद किया धर्म युद्ध, उस कथा है जीवठा उजली, वह उजली का मैं आप जी चार लाइन च कह दूँ। ਸਰ ਇੱਕ ਸੈਕਿੰਡ ਬੇਟਾ, ਇਸੇ ਨਾਂ ਦਾ ਨਾਟਕ ਅਰਜੁਨ ਦੇਵ ਜਾਲ ਜੀ ਨੇ ਲਿਖਿਆ, ਜਿਹੜੇ ਇਹਨੇ ਪੰਜਾਬੀ ਚ ਅਨੁਵਾਦ ਅਸੀਂ ਉਹ ਪੰਜਾਬੀ ਜੀ ਮੈਂ ਉਹ ਦਾ ਜੀ ਕੀ ਵਾਇਆ ਮੀ ਪੈ ਰਿਹਾ ਸੀ ਬੜੀ ਜ਼ਬਰਦਸਤ ਹਨੇਰੀ ਔਰ ਸਭ ਔਰ ਇੱਕ ਕੁਟਿਆ ਸੀ ਉਹਦੇ ਵਿੱਚ ਇੱਕ ਬੁੱਢਾ ਰਹਿੰਦਾ ਔਰ ਬੁੱਢਾ ਉਹਦੇ ਵਿੱਚ ਵਿਚਾਰਾ ਜਿੰਦਾ ਵੀ ਇੰਦਾ ਜੀ ਬਾਰਿਸ਼ ਨੂੰ ਸਹਿ ਨਹੀਂ ਸਕਦਾ ਸੀ, ਤਾਂ ਉਹਦੇ ਬਾਅਦ ਆ ਕੇ ਘੋੜਾ ਖੜਾ ਹੋ ਗਿਆ, घोड़ा खड़ा हो गया, वो घोड़ा बांधता है हिंगला भी, तो उन्हें अपनी बेटी ने आवाज दिता कि बेटी अमला आ, मैं बुढ़ा आया मैं नहीं उठ सकता, आए कौन है बात, उनके घोड़ा है उसका सवार थले डिग गया, कहता चुप अंदर ले आ इन गर्म कर, बापू लकड़ियां नहीं आई, अच्छा ठीक है तू ये उपर सारी बुदड़ियां पा दे, सारी बुजड़ियां पाती तभी वो कंबे, उन्हें फिर क्या हमारा तू इदा कर, मैं तो हैगा बुढ़ा तू हैगी जवान 18 साल की कुड़ी, तू इदा कर अपने कपड़े ला और ये दो फेरे कर, मैंने मैं इनू अपना पति मनिया और इन्हें समझा, उन्हें इदा ही किया और बाप का कहना मनिया, ऐसा करके उन्होंने जिंदा किया, वो बंदा बराबर वो रात रह के सवेरे चंगा भला हो गया और चला गया वापस मुड़ के, ये उस उजली का दर्द, तो संवेदना कितने की हो सकती है, संवेदना की कोई जगह नहीं होती, इंसान होना चाहिए उसकी वो संवेदना, वो पैरल ਅੰਤਰ ਪ੍ਰੀਤਮ ਵਿਅਕਤੀ ਹੈ ਮਿੱਟੀ ਜਾਤ, ਔਰ ਉਹਦੇ ਵਿੱਚ ਇੱਕ ਹੋਰ ਟਾਈਮ ਮੈਂ ਜੋ ਦੂੰਗਾ ਪੂਰੀ ਹੋ ਜਾਏਗੀ, ਉਹ ਉਜਲੀ ਉਹਦੇ ਉੱਥੇ ਜਾਂਦੀ ਹੈ, ਉਹ ਰਾਜਕੁਮਾਰ ਹੁੰਦਾ ਕਿਸੇ ਰਿਆਸਤ ਦਾ ਰਾਜਾ ਹੁੰਦਾ, ਉਹ ਕਹਿੰਦੇ ਉਹਨੇ ਬਸ ਤੁਸੀਂ ਦਰਸ਼ਨ ਦੇ ਦੇ, ਉਹਨੇ ਦੇਖਿਆ ਉਹ ਕਹਿੰਦਾ ਤੁਸੀਂ ਚਾਰਨ ਨਾਲ ਵਿਆਹ ਕਰ ਲਈ, ਚਾਰਨ ਮਤਲਬ ਪੱਟ,
ਹੁਣ ਏਦਾਂ ਦੀ ਅੰਗਲਾ ਕਿਸਮ ਲਿਖਦੀ ਹੈ ਮਿੱਟੀ ਜਾਤ। ਉਹ ਮਿੱਟੀ ਜਾਤ ਚ ਇੱਕ ਨੈਣ ਹੁੰਦੀ ਹੈ, ਉਹ ਨੈਣ ਦਾ ਇੱਕ ਨਾਮ ਧਾਰੀਏ ਨਾਲ ਪਿਆਰ ਹੋ ਜਾਂਦਾ। ਉਹ ਨਾਮ ਧਾਰੀਆ ਉਹਦੇ ਨਾਲ ਰਹਿੰਦਾ ਹੈ, ਨਾਟਕ ਕਰਦਾ ਹੈ, ਫਿਰ ਉਹ ਸਾਧੂ ਬਣ ਕੇ ਚਲਾ ਜਾਂਦਾ, ਮੁੜ ਕੇ ਨਹੀਂ ਆਉਂਦਾ। ਔਰ ਇਹ ਢੂੰਡੀ 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 ਰਿਸ਼ਾ ਮਿਲ ਜਾਂਦੀ ਹੈ, ਕੋਈ ਦਰ ਕੋਈ ਸੰਵੇਦਨਾ। ਤਾਂ ਇਸ ਤਰ੍ਹਾਂ ਸੰਵੇਦਨਾ ਪੰਜਾਬੀ ਦੀ ਹੋਵੇ, ਰਾਜਸਥਾਨੀ ਦੀ ਹੋਵੇ, ਬੰਗਾਲੀ ਦੀ ਹੋਵੇ, ਇਨਸਾਨ ਦੀ ਸੰਵੇਦਨਾ ਬਹੁਤ ਸੰਵੇਦਨਾ। ਇੱਕ ਛੋਟੀ ਜਿਹੀ ਕਵਿਤਾ ਕੁਛ ਲਵਤਾ ਤੇ ਕੁਛ ਸਤਰਾਂ ਦਾ ਅਹਿਸਾਸ ਦੇਣ ਨਾਲ ਹੁੰਦਾ ਹੈ। ਕੁਛ ਲਵਤਾ ਔਰ ਕੁਛ ਸਤਰਾਂ ਦਾ ਅਹਿਸਾਸ ਦੇਰ ਚ ਹੁੰਦਾ ਹੈ ਜਾਂ ਅਹਿਸਾਸ ਮੁੰਗੇਰ ਹੋ ਜਾਂਦੀ ਹੈ, ਔਰ ਅਸੀਂ ਉਹਦੇ ਸੱਚ ਨੂੰ ਸੋਖ ਨਹੀਂ ਪਾਉਂਦੇ ਹਾਂ, ਉਹਦੇ ਝੂਠ ਨੂੰ ਗੁਹਾਰ ਨਹੀਂ ਪਾਉਂਦੇ। ਨੀਰਵ ਜੀ, ਤੁਸੀਂ ਬੇਸਿਕਲੀ ਕਥਾਕਾਰ ਹੋ, ਸੁਭਾਸ਼ ਨੀਰਵ ਜੀ, ਹਿੰਦੀ ਚ ਲਿਖਦੇ ਹੋ, ਪੰਜਾਬੀ ਚ ਅਨੁਵਾਦ ਕਰਦੇ ਹੋ, ਸਿਰਫ ਤੁਹਾਨੂੰ ਇਹ ਜਾਣਨਾ ਚਾਹੁੰਦੇ, ਕਿਉਂਕਿ ਪਹਿਲੇ ਰਾਉਂਡ ਚ ਆਪਾਂ ਦੋਨੋਂ ਚੈਪਟਰ ਮੈਂ ਗੱਲ ਕਰਨੀ ਹੈ, ਕਿ ਜਦ ਤੁਸੀਂ ਹਿੰਦੀ ਚ ਲਿਖਦੇ ਹੋ ਪੰਜਾਬੀ ਹੋਣ ਦੇ ਨਾਤੇ, ਤਾਂ ਤੁਹਾਨੂੰ ਕਿਸ ਕਿਸਮ ਦਾ ਸੰਵੇਦਨਾਤਮਕ ਅਹਿਸਾਸ ਹੁੰਦਾ ਬੱਚਾ? ਮੈਂ ਉਹ ਕਹਾਣੀਆਂ ਵਿੱਚ ਉਸ ਪੰਜਾਬੀ ਮਨੁੱਖ ਨੂੰ ਤਲਾਸ਼ਦਾ ਸਾਂ
ਗਿਆ ਪੁੱਛ ਗਿਆ ਜਾਂ ਹਾਸ਼ ਹਾਸ਼ ਪਹਿਲੇ ਸੈਸ਼ਨ ਵਿੱਚ ਗੱਲ ਹੁੰਦੀ ਹਾਸ਼ ਹੈਗਾ ਜਿਹੜਾ ਪਾਤਰ ਹੈਗਾ ਮੈਂ ਉਸ ਮਨੁੱਖ ਨੂੰ ਤਲਾਸ਼ ਕਰਦਾ ਸੀ ਜਿਹੜਾ ਸੰਨ 47 ਚ ਪਾਰਟੀਸ਼ਨ ਦੇ ਬਾਅਦ ਤ੍ਰਾਸਦੀ ਨੂੰ ਭੋਗ ਕੇ ਉਸ ਸੰਤਾਪ ਨੂੰ ਭੋਗ ਕੇ ਇੱਧਰ ਆਇਆ ਸੀ ਜਾਂ ਇੱਧਰ ਮੈਂ ਉਸ ਮਨੁੱਖ ਦੀ ਸੰਵੇਦਨਾ ਨੂੰ ਤਲਾਸ਼ਦਾ ਸੀ ਪੰਜਾਬੀ ਫਿਕਸ਼ਨ ਵਿੱਚ ਜਿਹੜਾ ਪੰਜਾਬ ਦੇ ਇੰਨੇ ਵੱਡੇ ਕਾਲੇ ਦੌਰ ਤੋਂ ਚੁੱਕ ਲਿਆ ਔਰ ਉਸ ਸਾਰੇ ਵਿੱਚੋਂ ਮੈਂ ਪੰਜਾਬੀ ਸੰਵੇਦਨਾ ਨੂੰ ਜਦ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਮੈਨੂੰ ਅਹਿਸਾਸ ਹੋਇਆ ਸੰਵੇਦਨਾ ਕਦੇ ਵੀ ਖੇਤੀਆਂ ਵਿੱਚ ਵੰਡ ਕੇ ਨਹੀਂ ਰੱਖੀ ਜਾ ਸਕਦੀ ਨਾ ਕਿਸੇ ਪ੍ਰਾਂਤ 'ਚ ਨਾ ਕਿਸੇ स्त्री हिंदुस्तान की नहीं पूरे विश्व की स्त्री औरत ओदा पहनावा अलग हो सकता है लेकिन ओदी दर्द की संवेदना इको हो बदल नहीं सकती है मां बच्चे नूं जन्म देती है तो वह दर्द यह नहीं है कि पंजाबी औरत ज्यादा भोगेगी या उत्तर प्रदेश या मलयालम या तेलुगु की औरत घट भोगेगी दर्द का विस्तार संवेदना नाल हैगा और संवेदना कभी मंडी नहीं जा सकती एहसास है अनुभूति है जिसनों असी पढ़ने की कोशिश करते हैं कि हिंदी विच अपनी कहानियां विच मिलने की कोशिश करता तो अनुवाद करते समय में एक ਉਹਦੇ ਵਿੱਚ ਮਾਨਵੀ ਸੰਵੇਦਨਾ ਨੂੰ ਕਿੰਨਾ ਬਰਕਰਾਰ ਰੱਖਣ ਦੀ ਬਹੁਤ ਔਰ ਉਸ ਨੂੰ ਮੈਂ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰਦਾ ਆਪਣੀ ਹਿੰਦੀ ਭਾਸ਼ਾ ਬਹੁਤ ਅੱਛੀ ਬਹੁਤ ਅੱਛੀ ਬੇਟਾ ਤੁਹਾਨੂੰ ਇੱਕੋ ਵੇਲੇ ਲੇਖਣ ਅਤੇ ਅਨੁਵਾਦ ਦੋਨਾਂ ਦੇ ਰਿਸ਼ਤੇ ਦਾ ਪਤਾ ਲੱਗਿਆ ਕਿ ਜੇ ਪੰਜਾਬੀ ਤੋਂ ਟੁੱਟੇ ਹੋਏ ਨੇ ਫਿਰ ਵੀ ਪੰਜਾਬੀ ਨਾਲ ਜੁੜ ਕੇ ਹਿੰਦੀ ਭਾਸ਼ਾ ਰਾਹੀਂ ਪੰਜਾਬੀ ਸੰਵੇਦਨਾ ਅਨੁਵਾਦ ਵਿੱਚ ਵੀ ਪਹੁੰਚਾਈ ਤਾਂ ਮੈਨੂੰ ਲਿਖਣਾ ਜਸਪ੍ਰੀਤ ਬੇਟਾ ਤੁਹਾਡੇ ਤੋਂ ਪਹਿਲਾਂ ਤੁਹਾਨੂੰ ਇੱਕ ਸਿਨੈਰੀਓ ਪਤਾ ਲੱਗ ਗਿਆ ਅਸੀਂ ਦੋ ਚਾਰ ਮਿੰਟ ਗੱਲ ਕਰਨੀ ਫਿਰ ਬੱਚਿਆਂ ਦੇ ਸਵਾਲਾਂ ਦਾ ਜਵਾਬ ਦੇਵਾਂਗੇ ਅੱਜ ਤੁਸੀਂ ਅੰਗਰੇਜ਼ੀ 'ਚ ਬਹੁਤ ਅੱਛੀ ਕਵਿਤਾ ਲਿਖਦੇ ਹੋ ਆਪਣੀ I don't know, keep that.
selected haiku bahut purane ne likhe Punjabi poets and even American poets and British poets have used this term, this Japanese form. I'm so sorry to say. Maine ekko hi gal bahut attract kari ho vich, and that was the verbal discipline, the restraint. So I wanted not to give free vent to my anger. I wanted to be angry. I wanted to hit out. I wanted to lash out, but within certain limits. Bahut acha. Within certain parameters. So that gave me haiku, and it gave me freedom, but it also helped me maintain restraint. That was one. I don't want to read from that because I still feel it's an angry book, and I don't even carry the book. It was a self-published volume called Our Land, Our Times. Anger bare fir main khor mehsoos kiya wo hai ki we need to speak out, we need to find our voice, we need to speak up for our rights. Everyone, but women particularly, because historically we have really been badly discriminated against. So we can't really belie history. After that, I also realized, as a student of literature and as a poet, ke anger no sustain karna bada aukha. What I mean is, you cannot remain angry for a very long time. That also makes you bitter. It also attracts negativity. Of course, sustained anger can also lead to a big change, a revolution. So that is required, but then as a poet, I found it very difficult. And I wanted to come to terms with it, fir mainu lagya ki main ek aur form kuch kuch kaha, and that was the third book. And for that I again went back to 11th, 12th century Imperial Japan, and a slightly bigger form, which is a five-lined verse called Taka. So I'll just read a few verses from this book, again self-published. Koi unknown poet the verses no chhapanli tayar nahi. That's a huge difficulty which people seldom talk about. We sit and admire poetry, but which are the channels on which poetry can get published is something that we don't think about much. So if it's self-published and you have to be ready to take money out of your pocket, and you get nothing except a lot of satisfaction. Distribution becomes very difficult. You have to design the book. Anyway, that's a big thing. These verses, two or three I'll read. What happened was, I traveled the road of anger and then I got mellowed. I wanted to write of longing. I wanted to write of love. And I wanted to write of compassion. And this is not a very unusual road, because when I read the poetry of Kabir Sahib and Rumi, there is a movement from initial to the later mature stages where there is a journey from anger to love. So I realized I'm not walking some very different path. This is a path which many poets, great poets, have traversed. So I'll just read out two or three verses. Main gal kar rahi hai is choti ji verse de vich, what do I need to worship? Who is God? It's personal and it's sort of symbolic. You worship God Almighty. You worship spirit of deity. I'd rather worship the yearning heart streaming through love drenched eyes. Wow. Kaam ka pad paraya hoya dil hi mere liye rab hai. I'm thinking in this particular short verse about men, women. We recline on earth. We play with Mars the planet in the solar system. We are contraries, man and woman, and of course feminine and masculine. We recline on earth, we play with Mars, we are contraries, we are complements. Together we work the lonely sun in our subtle space. Ultimately, we have to work together.
honey, your feelings, the white and rose petals, your heart, wide and subtle, your words are the matter. Your nectar being calls me every now and then. Caught in brambles, bushes, lost in burning, treeless suns, I wait for that elixir of life. And one more. On the ramparts of our hearts, we walk together, feeling the dizzying highs, the lonely lows, and then walking beyond. Thank you so much. थैंक यू वेरी मच जसप्रीत बेटा, समा पावे बहुत घट है, पर किसी बच्ची के मन च कोई बहुत जरूरी सवाल हो, सवाल उभर रहा हो तो उत्थे खड़ के कर सकते। क्वेश्चन टू एनी वन ऑफ अस, किसी नाल भी तुहाडा सवाल। हाँ जी बेटा, अपना नाम दसो पुत्र, पहला इन्हें हाथ खड़ा किया, तुहाडा नाम बेटा? As somebody who's always been a student of literature and also a student of language, मेरे को कोई decisive formula तो नहीं है, but मैं कहूँगा कि के एक ज़बान एक पूरी दुनिया होती है। बहुत अच्छे। और एक ज़बान का अपना बड़ा खूबसूरत character होता है। उसके लफ्ज़ होंगे ने, लफ्ज़ों के रिश्ते होंगे ने, लफ्ज़ों के माँ बाप होंगे ने, उनके कजन्स होंगे ने, तो सेकंड कजन्स होंगे ने। सो व्हेन यू एंटर अ लैंग्वेज, यू एंटर अ कॉस्मोस। सो एवरी लैंग्वेज इज सो ब्यूटिफुल। अगर मैं इंग्लिश लिखती हूँ तो मतलब ये नहीं है कि मैं पंजाबी जबान नाल प्यार नहीं है या मैं उहदे बारे ग्रेटनेस बारे एहसास नहीं है। पर समहाउ एज अ पोएट मैं ये लगता है कि तुसी जिस भी ज़बान च कंफर्ट महसूस करते हो, अगर तुसी उन्हें अपनाओगे तो वो शायद 10 गुना ज्यादा तुहानू अपनाएगी। बहुत अच्छा। बेटा इन्हां दी गल नूं मैं वादा कर लग्गिया कि भाषावां वाहन होंदियां, भावे कार च बैठो भावे बस च, जहाज पहुंचण उत्थे ही है, पहुंचना दिल ने होंदा। लोग तारा कहंदे आ राई राई राई, ये भी तेरा शुक्र अब्बा से दिल नूं जीव ना लाई, वो इत्थे जीव लगी नहीं शेष दी ज़बान पर। हाँ जी रूपम दा सवाल सी बेटा, जी वेरी शॉर्ट जी। सर क्वेश्चन ये है कि हुण जिहड़े वख-वख भाषा दे लोक ने इत्थे पोएट्स बैठे ने, ते जदों एक लिटरेचर फॉर्म नूं तुसी ट्रांसलेट करके दूसरी लैंग्वेज अनुवाद कर रहे हो, ता एक जिहड़ा पैशन है, एक जिहड़ी फीलिंग है, एक जिहड़ा एक त्रासदी लिखी है, संवेदना लिखी है, तुसी उहनां नूं फील करके लिखिया अपनी लैंग्वेज, ਜਦੋਂ ਉਹਨੂੰ ਅਨੁਵਾਦਿਤ ਕਰਦੇ ਨੇ, there might be some portion of it which is lost. ਉਹਦੀ ਭਰਪਾਈ, ਉਹਨੂੰ ਪੂਰਾ ਕਰਨਾ ਕੁਝ ਤੇ ਗਿਆ ਹੋਏਗਾ ਨਾ। ਬਹੁਤ ਅੱਛੇ ਰੂਪਮ ਬੇਟਾ, ਇਸ ਦਾ ਜਵਾਬ ਪ੍ਰਧਾਨਗੀ ਭਾਸ਼ਾ ਤੁਸੀਂ ਬਣਾ ਦੇ, ਪ੍ਰਧਾਨਗੀ ਭਾਸ਼ਾ ਚ ਵੀ ਹੋਇਆ, ਤੁਸੀਂ ਸੰਗੀਤਕਾਰ ਵੀ ਬਣ। ਬੇਟਾ ਮੈਂ ਥੋੜ੍ਹੀ ਛੋਟੀ ਜਿਹੀ ਗੱਲ ਕਹਿ ਰਿਹਾ, ਅਨੁਵਾਦਕ ਨੂੰ ਇਹ ਨਾ ਸਮਝੋ ਕਿ ਉਹ ਸਿਰਫ ਸ਼ਬਦਾਂ ਦਾ ਹੀ ਅਨੁਵਾਦ ਕਰ, अनुवादक अच्छा अनुवादक पर काया करता है, वो दूसरे विच प्रवेश करता है, और जिस भाषा नु ले रहा है, जिस भाषा का अनुवाद कर रहा है, जिस भाषा का अनुवाद कर रहा है, पोएट्री का कर रहा है, जब तक वो ओदे नाल एकमिक नहीं होएगा, ओदी कल्चर नु ओदे भाव नु नहीं पकड़ेगा, वो अच्छा अनुवाद कर ही नहीं सकता। अनुवाद ता ही अच्छा होएगा जब वो उसके अंदर जाकर के उस चीज नु पकड़ने की कोशिश। बेटा इन्होंने बड़ी सोहनी गल कही, मैं इनू कंप्लीट करना है।
ਤੇ ਜਿਹੜੀ ਟ੍ਰਾਂਸਲੇਸ਼ਨ ਹੈ ਉਹ ਪਰਫਿਊਮ ਨੂੰ ਇੱਕ ਸ਼ੀਸ਼ੇ ਚੋਂ ਦੂਜੀ ਚੋਂ ਉਡਾਉਣਾ ਹੁੰਦਾ ਥੋੜੀ ਬਹੁਤੀ ਖੁਸ਼ਬੂ ਬਾਹਰ ਫੈਲ ਜਾਂਦੀ ਹੈ ਤੁਹਾਨੂੰ ਜ਼ਬਾਨਾਂ ਦੋਨੋਂ ਆਉਣੀਆਂ ਚਾਹੀਦੀਆਂ ਮੈਂ ਇੱਕ ਮਿੰਟ ਦੇ ਵਿੱਚ ਤੇਰੀ ਗੱਲ ਨੂੰ ਹੋਰ ਤਸ਼ਰੀਹ ਕਰ ਦਿੰਦਾ ਕਿ ਅੰਗਰੇਜ਼ੀ ਦੀ ਛੋਟੀ ਜਿਹੀ ਲਾਈਨ ਇੱਕ ਨਜ਼ਮ ਹੈ ਡੋਂਟ ਕਮ ਇਨ ਫਰੰਟ ਆਫ ਮੀ ਆਈ ਮੇ ਨਾਟ ਫਾਲੋ ਡੋਂਟ ਕਮ ਬਿਹਾਈਂਡ ਮੀ ਮੇ ਨਾਟ ਲੀਡ ਕਮ ਬਿਸਾਈਡ ਮੀ ਜਸਟ ਬਿਕਮ ਮਾਈ ਫਰੈਂਡ ਮੈਂ ਤਾਂ ਅਨੁਵਾਦ ਕੀਤਾ ਮੇਰੇ ਅੱਗੇ ਨਾ ਲੱਗ ਮੇਰੇ ਪਿੱਛੇ ਲੱਗਣਾ ਮੇਰੇ ਪਿੱਛੇ ਲੱਗ ਮੇਰੇ ਅੱਗੇ ਲੱਗਣਾ ਮੇਰੇ ਨਾਲ ਨਾਲ ਆਤ ਮੇਰੇ ਯਾਰ ਪਾਸ ਹੈ ਹਾਂਜੀ ਐਨੀ ਮੋਰ ਕੁਐਸਚਨ ਨਹੀਂ ਮੈਂ ਫਿਰ ਹਾਂ ਬੇਟਾ ਸ਼ਾਬਾਸ਼ ਵੈਰੀ ਕੁਇਕ ਵੇ ਤਾਂ ਭਾਈ ਗਰੀਜੀ ਹੈ ਕੁੜੀ ਜਸਪ੍ਰੀਤ ਮੁੰਡੇ ਨੂੰ ਦੱਸੋ ਕੌਣ ਤੋਂ ਹਾਂਜੀ ਬੈਠੋ ਬੈਠੋ ਬਸ ਕੋਈ ਐਸਾ ਹਾਰਡ ਐਂਡ ਫਾਸਟ ਰੂਲ ਆਈ ਕੈਨ ਨਾਟ ਥਿੰਕ ਆਫ ਇਟ ਵੇਰੀਸ ਸਮਟਾਈਮਸ ਅ ਪੋਇਮ ਅਰਾਈਜ਼ ਇਟ ਐਕਚੁਅਲੀ ਅਰਾਈਜ਼ ਐਂਡ ਯੂ ਬਿਕਮ ਅ ਮੀਡੀਅਮ ਯੂ ਲਾਈਕ ਅ ਬਾਂਸੁਰੀ ਇਟ ਹੈਜ਼ ਸਿੰਪਲੀ ਅਰਾਈਵਡ ਐਂਡ ਇਟ ਹੈਜ਼ ਅਰਾਈਵਡ ਆਲਮੋਸਟ 80% ਮੇਡ You're just tweaking a little bit here and there. Thodi bahut chhedchhad, thodi bahut touching. There's some other poems in which you wrestle longer. Like for instance, if it's a poetry of the social, political praxis, right? So you will work upon it. You will also structure it. So far as your question is concerned, how do we know whether it is complete? Sometimes it's the gut feeling. You know, you have said something and you've given it a closure and you feel that there is nothing more that I can say about it. And if I do, I'm only going to minimize or reduce the impact of what has been said. अंधेरे दूर होते हैं उजाले पास होते हैं अंधेरे दूर होते हैं उजाले पास होते हैं हमारे बीच में जब आपसी एहसास होते हैं घरों से निकलकर दर दर भटकना कैसा लगता है घरों से निकलकर दर दर भटकना कैसा लगता है उन्हीं से पूछ कर देखो जिन्हें वनवास हो गया हम वनवासी हैं अपनी अपनी भाषा को दूसरी भाषा तक ले जाने के लिए और घरों से कोई चंडीगढ़ से कोई दिल्ली से कोई राजस्थान से संवेदना पर सवार होकर यहाँ पहुंचा है और जहां तक पंजाबी मानसिकता का संवेदना का संबंध है मैं पंजाबी का बंदा हिंदी बोलने लग गया पंजाबी चाह रहा नज़्मां छोटियां छोटियां होंदे हुई भी उतना ही खूबसूरत असर कर सकती हैं जितनी कोई लॉन्ग या लॉन्गेस्ट पोएम अद्धी अद्धी लाइन दियां दो नज़्मां तुहाडे सामने दे रहा नज़्म दा नाम है तितली तितली रंगों के भी पर होते हैं बहुत अच्छे रंगों के भी पर होते हैं कविता कंप्लीट अब ये समझने वाले पर है कि वो रंग कहाँ है तितली कहाँ है पर कहाँ है और उसकी संवेदना कहाँ है बहुत अच्छी दूसरी नज़्म है आंसू पत्थर आंखों में भी घर होते हैं क्या बात है बहुत अच्छे बहुत अच्छे बहुत अच्छे आंसू आंखों में भी घर होते हैं दोस्तों साडे संस्कार साडी सभ्यता साडे संकल्प ही नहीं साडे पक्के इरादे भी एक भाषा तो दूजी भाषा तक जदों जाने हैं तो जिहड़ा पक्का पुल बनता है वह साडी संवेदना तो दूर जा ही नहीं सकता बहुत अच्छे बहुत अच्छे संस्कार एक चीज है संवेदना उस दे नाल नाल चलेगी जे तुसी अपनी भाषा नूं किसी ऐसी भाषा च लेके जाओगे जिथों तीसरी चौथी या पंजवीं भाषा च भी ओ थोड़ा टेक्स्ट जाना चाहिदा है या जा सकदा है मैनू मलयालम नहीं आती मैनू उड़िया नहीं आती मैनू कन्नड़ नहीं आती मैनू अंग्रेजी या हिंदी च कोई टेक्स्ट मिल जाता है
और वो मैं अपील करता है मैं पंजाबी क्यों ना अनुवाद करा मैं उन्होंने कर सकांगा एक मंच मिल गया मैं इस तरह मित्रों जे असी पंजाबी दे खूबसूरत टेक्स्ट नूं भावें वह कविता है भावें वह कहानी है नाटक है नावल है हिंदी च या अंग्रेजी च लैके जावांगे तां सिर्फ हिंदुस्तान दीआं 22 या 24 भाषावां ही नहीं विश्व दीआं भाषावां भी उन्होंने अपनाणगीआं और वह अपना रहे है पंजाबी दा साहित इन्ना संपन्न है एडा रिच है क्योंकि पंजाबी लोग मेहनत बहुत कर सकते हैं।